ਜਿਹੜੇ ਮਤਲਬ ਕਿ ਪੱਕੇ ਗਾਹਕ ਹੈ ਉਹਨਾਂ ਨੂੰ ਪੱਕਾ ਮਿਲ ਜਾਂਦਾ। ਹੁਣ ਤਾਂ ਕਿ 2-3 ਕਰੋੜ ਰੁਪਏ ਜੇ ਤਾਂ ਵੀਰ ਕਿਤੇ ਉੱਥੇ ਆ ਜਾਂਦਾ ਦੇ ਜਾਂਦੇ ਤਾਂ ਲਾ ਲੈਂਦਾ, ਤੇ ਨਹੀਂ ਪਿਆ ਮਰਿਆ ਰਹਿੰਦਾ ਨੌਕਰੀ ਤੇ ਜਾਂਦਾ ਹੀ ਨਹੀਂ। ਜਿਵੇਂ ਸਰਕਾਰ ਕੈਪਟਨ ਕਹਿੰਦੇ ਵੀ ਸਰ ਆਹ ਨਸ਼ਾ ਬੰਦ ਕਰਤਾ, ਤੁਹਾਡਾ ਮੁੰਡਾ ਤਾਂ ਸਰੇਆਮ ਨਸ਼ਾ ਪੀਂਦਾ, ਇੱਥੇ ਦੇਖ ਕੇ ਵੀ ਜਾਂਦੇ ਨੇ, ਕੈਪਟਨ ਝੂਠ ਬੋਲਿਆ? ਝੂਠ ਹੀ ਬੋਲਦਾ ਜਦੋਂ ਰੋਕਦਾ ਨਹੀਂ। ਵੋਟਾਂ ਅਮਰਲੈਂਡ ਦੇ ਮਾਇਰ ਨੇ ਛਿਲਛਲਾ ਬਣਾ ਲਿਆ। ਪੰਜਾਬ ਦੀ ਸਿਆਸਤ ਹਥਿਆਉਣ ਲਈ ਕੈਪਟਨ ਅਮਰਿੰਦਰ ਨੇ ਪੰਜਾਬੀਆਂ ਨੂੰ ਵਾਅਦਾ ਕੀਤਾ ਸੀ ਕਿ ਉਹ ਨਸ਼ਾ ਖਤਮ ਕਰ ਦੇਣਗੇ, ਪਰ ਅਸਲੀਅਤ ਇਹੀ ਹੈ ਕਿ 2.5 ਸਾਲ ਮਗਰੋਂ ਵੀ ਨਾ ਤਾਂ ਨਸ਼ਾ ਮੁੱਕਿਆ ਅਤੇ ਨਾ ਹੀ ਨਸ਼ਾ ਤਸਕਰ ਅਤੇ ਨਾ ਹੀ ਨਸ਼ੇੜੀਆਂ ਨੂੰ ਕੋਈ ਇਲਾਜ। ਬਠਿੰਡਾ ਵਿੱਚ ਸਰੇਆਮ ਨਸ਼ਾ ਵਿਕ ਰਿਹਾ ਹੈ, ਜਿਸ ਦੀ ਉਦਾਹਰਣ ਹੈ ਇਹ ਨੌਜਵਾਨ ਜੋ ਦੱਸ ਰਿਹਾ ਹੈ ਕਿ ਕਿਵੇਂ ਸਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਪਿਛਲੇ 5 ਸਾਲਾਂ ਤੋਂ ਨਸ਼ਾ ਕਰ ਰਿਹਾ ਹੈ। ਅੱਜ ਕਿੰਨਾ ਕੁ ਚਿੱਟਾ ਲਾਇਆ ਤੇ ਹਰ ਰੋਜ਼ ਕਿੰਨਾ ਕੁ ਲਗਾਉਣਾ ਹੈ, ਕੌਣ ਦੇ ਕੇ ਜਾਂਦਾ? 2 ਗ੍ਰਾਮ, ਜੇ 2 ਗ੍ਰਾਮ ਵਧੀਆ ਹੋਵੇ ਤਾਂ 2 ਗ੍ਰਾਮ ਨਾਲ ਸਰ ਜਾਂਦਾ, ਨਹੀਂ 3 ਚਿੱਟਾ ਲਾਉਂਦੇ ਤਾਂ 5-6 ਸਾਲ ਹੋ ਗਏ, ਉਦੋਂ ਪਹਿਲਾਂ ਸਮੈਕ ਪੀਂਦਾ ਸੀ। ਅੱਛਾ, ਇਹ ਆਸਾਨੀ ਨਾਲ ਮਿਲ ਜਾਂਦਾ ਚਿੱਟਾ? ਹਾਂਜੀ, ਜਿਹੜੇ ਪਰਮਾਨੈਂਟ ਗਾਹਕ ਹੈ, ਜਿਹੜੇ ਮਤਲਬ ਕਿ ਪੱਕੇ ਗਾਹਕ ਹੈ ਉਹਨਾਂ ਨੂੰ ਪੱਕਾ ਮਿਲ ਜਾਂਦਾ। ਕਿੰਨੇ ਕੁ ਪੈਸੇ ਖਰਾਬ ਕਰ ਚੁੱਕਿਆ ਹੁਣ ਤੱਕ? ਹੁਣ ਤੱਕ 2-3 ਕਰੋੜ ਰੁਪਏ ਖਰਾਬ ਕਰ ਚੁੱਕਿਆ। ਅਤੇ ਫਿਰ ਛੱਡਦਾ ਕਿਉਂ ਨਹੀਂ, ਹਸਪਤਾਲ ਦਾਖਲ ਕਿਉਂ ਨਹੀਂ ਹੁੰਦਾ? ਹੋਇਆ ਬਥੇਰੀ ਥਾਂ ਦਾਖਲ ਹੋਈ, ਬੂਪਣ ਮਿਲਦੀ ਹੈ ਬਸ, ਉਸ ਦੇਖਭਾਲ ਦਾ ਦਾਖਲ ਹੋਏ, DMC ਦਾਖਲ ਹੋਇਆ, PG ਦਾਖਲ ਹੋਇਆ, ਸੈਂਟਰਾਂ 'ਚ ਦਾਖਲ ਹੋਇਆ। ਛੱਡਣਾ ਚਾਹੁੰਦਾ ਨਸ਼ਾ? ਹਾਂਜੀ। ਫਿਰ ਆਹ ਜਿਹੜੇ ਵੇਚਦੇ ਨੇ ਇਹਨੂੰ ਪੁਲਿਸ ਕਿਉਂ ਨਹੀਂ ਫੜਦੀ, ਸਰਕਾਰ ਕਿਉਂ ਨਹੀਂ ਫੜਦੀ ਜਿਹੜੇ ਵੇਚਦੇ ਨੇ? ਪਤਾ ਨਹੀਂ ਸਰ ਕਿਉਂ ਨਹੀਂ ਫੜਦੀ। ਉਹ ਕੁਛ ਆ ਕੇ ਦੱਸਦੇ ਹੋਣਗੇ ਉਰੇ? ਨਹੀਂ ਸਰ, ਉਹ ਕਹਿੰਦੇ ਬਈ ਮੇਰਾ ਨਾਮ ਨਹੀਂ, ਡਰਦੇ ਵੇਚਦੇ ਨਹੀਂ ਉਹ ਬਈ। ਨਸ਼ੇ ਦਾ ਆਦੀ ਇਹ ਨੌਜਵਾਨ ਹੁਣ ਤੱਕ 2 ਕਰੋੜ ਤੋਂ ਵੱਧ ਦਾ ਚਿੱਟਾ ਪੀ ਗਿਆ ਅਤੇ ਆਪਣੀ ਜ਼ਮੀਨ ਵੀ ਵੇਚ ਚੁੱਕਿਆ, ਬਚਿਆ ਹੈ ਤਾਂ ਮਹਿਜ ਇਹ ਕਾਰ। ਨੌਜਵਾਨ ਦੀ ਦਾਦੀ ਵੀ ਇਸ ਦੁੱਖ ਤੋਂ ਭਰੀ ਹੋਈ ਹੈ। ਅਸੀਂ ਮਹਿਨਾ ਚੌਂਕ 'ਚ ਰਹਿੰਦੇ ਸੀ, ਉੱਥੇ ਪਰਮੇ ਵਰਗੇ ਨਸ਼ੇੜੀਆਂ ਦਾ ਮਹੱਲਾ ਕਰਕੇ ਨਾ ਅਸੀਂ ਉਹ ਮਕਾਨ ਵੇਚ ਕੇ ਆਏ, ਵੇਚ ਕੇ ਅਸੀਂ ਆਪਦੇ ਪਿੰਡ ਗੋਨਿਆਂ ਨੇ ਉੱਠ ਕੇ ਉੱਥੇ। ਫਿਰ ਜਦੋਂ ਇਹਦੇ ਜਿਹੜੇ ਪੈਸੇ ਸੀਗੇ ਇਹਨੇ ਇਹ ਕੋਠੀ ਲੈ ਲਈ, ਜਿਹੜੀ ਇਹਦੇ ਨੂੰ ਭੋਰਾ ਜ਼ਮੀਨ ਆਉਂਦੀ ਸੀ ਨਾ ਉਹ ਵੇਚ ਕੇ ਕੋਠੀ ਲੈ ਲਈ ਨਾਲ ਦੀ ਨਾਲ। ਅੱਛਾ, ਫਿਰ ਇਹ ਹੁਣ ਵੀ ਨਸ਼ਾ ਕਰਦਾ ਹੈ, ਕਿੰਨਾ ਕੁ ਨਸ਼ੇ 'ਚ ਪੈਸੇ ਬਰਬਾਦ ਕਰ ਚੁੱਕੇ? ਪਤਾ ਹੀ ਨਹੀਂ ਮੈਨੂੰ ਤਾਂ ਕਿੰਨੇ ਕਰਦੇ, ਮੈਂ ਤਾਂ ਜਿਹੜਾ ਕੁਛ ਸੀ ਤੈਨੂੰ ਦੱਸਤਾ ਜੀ, ਵੇਚਤਾ 1000 ਗਜ਼ ਦਾ ਪਲਾਟ ਸੀ, ਉਹ ਵੇਚਤਾ 1 ਕਰੋੜ ਰੁਪਏ ਦਾ ਸੀ ਉਹ। ਹਾਂ, ਉਹਦੇ 'ਚ ਅੱਧਾ ਤਾਂ ਇਹਦੀ ਮਾਂ ਵੇਚ ਗਈ। ਅੱਛਾ, ਅਤੇ ਇਹ ਨਸ਼ੇ 'ਚ ਹੁਣ ਕਿੰਨਾ ਕੁ ਰਹਿੰਦਾ ਹੈਗਾ? ਬਸ ਜੇ ਤਾਂ ਵੀਰ ਕਿਤੇ ਉੱਥੇ ਆ ਜਾਂਦਾ ਦੇ ਜਾਂਦੇ ਤਾਂ ਲਾ ਲੈਂਦਾ, ਅਤੇ ਨਹੀਂ ਪਿਆ ਮਰਿਆ ਰਹਿੰਦਾ ਨੌਕਰੀ 'ਤੇ ਜਾਂਦਾ ਹੀ ਨਹੀਂ। ਸਾਰਾ ਦਿਨ ਇੱਥੇ ਰਹਿੰਦਾ? ਘਰ ਹੀ ਰਹਿੰਦਾ, ਬਾਹਰ ਨਹੀਂ ਜਾਂਦਾ। ਅੱਛਾ, ਅਤੇ ਸਾਰਾ ਦਿਨ ਸਵੇਰੇ ਸ਼ਾਮ ਇਸ ਤਰ੍ਹਾਂ ਇੰਜੈਕਸ਼ਨ ਲਾਉਂਦਾ? ਐਂ ਪਿਆ ਰਹਿੰਦਾ,
ਬਿੰਦ ਜੀ ਕਰਦਾ ਕਿਤੇ ਭਾਵੇਂ ਬਾਹਰ 'ਚ ਆਪਣੇ ਜਾਂਦਾ ਨਹੀਂ, ਬਥੇਰਾ ਨਹੀਂ ਬਾਹਰ 'ਚ ਪਾਰਕ ਆ, ਆਪਾਂ ਦੋਵੇਂ ਦਾਦੀ ਪੋਤਾ ਚੱਲੇ, ਮੈਂ ਤਾਂ ਬੁੱਢੀ ਠੇਰੀ ਤੜਕੇ ਉੱਠ ਕੇ ਸਾਰੇ ਕੀੜਾ ਕੱਢ ਕੇ। ਜਿਵੇਂ ਸਰਕਾਰ ਕੈਪਟਨ ਕਹਿੰਦੇ ਵੀ ਸਰ ਆਹ ਨਸ਼ਾ ਬੰਦ ਕਰਤਾ, ਤੁਹਾਡਾ ਮੁੰਡਾ ਤਾਂ ਸਰੇਆਮ ਨਸ਼ਾ ਪੀਂਦਾ, ਇੱਥੇ ਦੇ ਕੇ ਵੀ ਜਾਂਦੇ ਨੇ, ਕੈਪਟਨ ਝੂਠ ਬੋਲਿਆ ਫਿਰ? ਝੂਠ ਹੀ ਬੋਲਦਾ ਜਦੋਂ ਰੋਕਦਾ ਨਹੀਂ, ਝੂਠ ਹੀ ਆ ਸਾਡੇ ਭਾਅ ਤਾਂ ਝੂਠਾ ਹੀ ਹੈ। ਵੋਟਾਂ ਲੈਣ ਦੇ ਮਾਇਰ ਨੇ ਛਿਲਛਿਲਾ ਬਣਾ ਲਿਆ। ਅਤੇ ਹੁਣ ਕੀ ਹਾਲਤ ਹੈ ਮੁੰਡੇ ਦੀ, ਕੀ ਅਪੀਲ ਕਰਨਾ ਚਾਹੋਗੇ, ਕੀ ਮੰਗ ਕਰਦੇ ਸਰਕਾਰ ਤੋਂ? ਮੈਂ ਕੀ ਮੰਗ ਕਰਨੀ ਸੀ, ਮੇਰੇ ਪੋਤਾ ਨਸ਼ਾ ਕਰਨ ਨੂੰ ਹਟ ਜਾਵੇ, ਬਸ ਆਹੀ ਮੰਗ ਹੈ ਮੇਰੇ ਤਾਂ। ਨਹੀਂ ਜਿਹੜੇ ਦੇ ਕੇ ਜਾਂਦੇ, ਜਿਹੜੇ ਵੇਚਦੇ ਨੇ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ ਨਾ, ਜਿਹੜਾ ਫਿਰ ਵੇਚਦੇ ਆ ਉਹਨਾਂ 'ਤੇ ਹੋਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਦਾ ਹਰ ਦਾਅਵਾ ਪੰਜਾਬੀਆਂ ਲਈ ਨਾਕਾਮ ਸਾਬਿਤ ਹੋ ਰਿਹਾ। ਨਾ ਤਾਂ ਨੌਕਰੀਆਂ ਮਿਲੀਆਂ, ਨਾ ਨਸ਼ਾ ਖਤਮ ਹੋਇਆ, ਨਾ ਰੋਜ਼ਗਾਰ ਪੈਦਾ ਹੋ ਰਹੇ ਨੇ, ਅਤੇ ਬੇਅਦਬੀਆਂ ਦਾ ਇਨਸਾਫ ਵੀ ਨਹੀਂ ਹੋਇਆ। ਨਾ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ ਹੋਇਆ ਅਤੇ ਨਾ ਹੀ ਕੋਈ ਜਨਤਾ ਨੂੰ ਸਰਕਾਰੀ ਸਹੂਲਤਾਵਾਂ ਮਿਲ ਰਹੀਆਂ ਨੇ। ਕੈਪਟਨ ਅਮਰਿੰਦਰ ਦੀ ਸਰਕਾਰ ਨਸ਼ਾ ਰੋਕਣ ਵਿੱਚ ਬੁਰੇ ਤਰੀਕੇ ਨਾਲ ਨਾਕਾਮ ਹੋ ਰਹੀ ਹੈ, ਜਿਸ ਦਾ ਅਸਰ ਅੱਜ ਦੀ ਨੌਜਵਾਨੀ 'ਤੇ ਦੇਖਣ ਨੂੰ ਮਿਲ ਰਿਹਾ। ਬਠਿੰਡਾ ਤੋਂ ਧਰਮਚੰਦਰ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।